अस्सलाम वालेकुम नाजरीन, मैं वसीम साजद आज पहुंचा हूं चूनिया। चूनिया के अंदर फ़िश फार्मिंग का जो कारोबार है बहुत ज़्यादा है, बहुत लोग फ़िश फार्मिंग करते हैं। मेरे साथ चौधरी मंजूर अहमद साहब हैं, इनका तल्लक भी चूनिया से है और इन्होंने तकरीबन 4 एकड़ पर फ़िश फार्मिंग की हुई है। हम इनसे फार्मिंग के मतलब इंफॉर्मेशन लेते हैं और आप तक पहुँचाते हैं। मज़े की बात है कि ये जो मछली का बच्चा है वो सेल भी करते हैं और वो सारी मालूमात लेते हैं हम इनसे। अस्सलाम वालेकुम चाचा। वालेकुम सलाम चाचा जी, की हाल चाल ने? अल्हम्दुलिल्लाह। जिवें तुसी सानू दस्या कि 4 एकड़ ते असी फिश फार्मिंग कीती हुई है, ते केड़े महीने दे विच जिहड़ा बच्चा है वो फार्म दे अंदर छड्या जांदा है? तीसरे महीने दे विच। अगर कोई बंदा 1 एकड़ दे अंदर फिश फार्मिंग करना चाहे जी, 1 एकड़ ਦੇ ਵਿੱਚ ਕਿੰਨੇ ਬੱਚੇ ਪਾਏ ਜਾਂਦੇ ਨੇ? ਤਕਰੀਬਨ 1000। 1000 ਬੱਚਾ ਜੀ। 1000 ਬੱਚਾ ਕਿੰਨੇ ਮਹੀਨਿਆਂ 'ਚ ਤਿਆਰ ਹੋ ਜਾਂਦਾ ਹੈ? ਇਹ ਤੀਸਰੇ 'ਚ ਡਾਲਾ ਜਾਏਗਾ ਔਰ 10ਵੇਂ 11ਵੇਂ 'ਚ ਨਿਕਾਲਾ ਜਾਏਗਾ। 10ਵੇਂ 11ਵੇਂ 'ਚ, ਯਾਨੀ ਕਿ 7 ਤੋਂ 8 ਮਹੀਨੇ ਲੱਗਦੇ ਆ। 7-8 ਮਹੀਨੇ ਬਾਅਦ ਇਹਦਾ ਜਿਹੜਾ ਵਜ਼ਨ ਹੈ ਇੱਕ ਮੱਛੀ ਦਾ ਉਹ ਤਕਰੀਬਨ ਕਿੰਨਾ ਹੋ ਜਾਂਦਾ ਹੈ? ਇਹ 1.5 ਤੋਂ 2 ਕਿਲੋ। 1.5 ਤੋਂ ਲੈ ਕੇ 2 ਕਿਲੋ ਤੱਕ। अच्छा, उस तो हट के जिवें मुर्गियां वगैरह मर जांदियां ने, उन्हां ते बीमारी वगैरह हमला करदी है जी, आया के इस मच्छी दे उत्ते भी कोई बीमारी हमला करदी? इहदे ते भी अटैक दा डर हुंदा। अटैक की अटैक हुंदा है? ज्यादा गर्मी ज्यादा होवे, हवा रुक जाए, ओदी वजह नाल ऑक्सीजन दी कमी आ जांदी है। ਜਦੋਂ ਤੁਹਾਨੂੰ ਪਤਾ ਲੱਗਦਾ ਹੈ ਆਕਸੀਜਨ ਦੀ ਕਮੀ ਹੋ ਰਹੀ ਹੈ ਤੇ ਤੁਸੀਂ ਫਿਰ ਕੀ ਲਾਇਆ ਅਮਲ ਅਪਣਾਉਂਦੇ ਜੀ? ਉਸ ਦੇ ਵਾਸਤੇ ਅਸੀਂ ਬੋਰ ਚਲਾਉਂਦੇ ਆ, ਯਾਨੀ ਕਿ ਮੋਟਰ ਚਲਾ ਦਿੰਦੇ ਆ, ਸ਼ਾਮਲ ਕਰਨੇ ਆ। ਠੀਕ ਹੈ। ਉਸ ਤੋਂ ਹਟ ਕੇ ਕੋਈ ਡੰਗਰ ਵਗੈਰਾ ਵਿੱਚ ਨਹੀਂ ਛੱਡਦੇ ਜੇ? ਜਦੋਂ ਛੱਡਦੇ ਤੇ ਕੋਈ ਨੁਕਸਾਨ ਨਹੀਂ ਹੁੰਦਾ। ਠੀਕ ਹੋ ਗਿਆ। ਅੱਛਾ, 1000 ਜਿਹੜਾ ਬੱਚਾ ਹੈ ਉਹ ਤਕਰੀਬਨ ਕਿੰਨੇ ਦਾ ਮਿਲਦਾ ਹੈ? ਉਹ ਬੱਚੇ ਦੇ ਸਾਈਜ਼ ਤੇ ਡਿਪੈਂਡ ਕਰਦਾ ਹੈ। ਜਿਹੜਾ 4 ਤੋਂ 5 ਇੰਚ ਦਾ ਬੱਚਾ ਹੈ ਉਹ 8 ਤੋਂ 7 ਰੁਪਏ ਫੀ ਬੱਚੇ ਦੇ ਹਿਸਾਬ ਤੇ ਮਿਲ ਜਾਂਦਾ ਹੈ। ਠੀਕ ਹੈ। ਔਰ ਇਹਦੇ ਅੰਦਰ ਕਿਸਮਾਂ ਹੁੰਦੀਆਂ ਨੇ, ਰਹੂ ਮੱਛਲੀ, ਸ਼ਿੰਗਾਰੀ? ਬਿਲਕੁਲ। ਤੁਸੀਂ ਕਿਹੜੀ ਮੱਛਲੀ ਦੀ ਫਾਰਮਿੰਗ ਕਰ ਰਹੇ ਜੀ ਅੱਜ ਕੱਲ ਇੱਥੇ? ਅਸੀਂ ਸ਼ਿੰਗਾਰੀ ਦੀ ਨਹੀਂ ਕਰ ਰਹੇ, ਅਸੀਂ ਰੋਹ, ਗਰਾਸ, ਸਿਰਵਲ, ਮੋਰੀ, ਬੇਗੈਡ। ਠੀਕ ਹੈ। ਹਾਂਜੀ। ਅੱਛਾ, ਸਭ ਤੋਂ ਜਿਹੜਾ ਘੱਟ ਖਰਚਾ ਹੈ ਹਾਂਜੀ ਫੀਡ ਦਾ, ਉਹ ਕਿਹੜੀ ਮੱਛਲੀ ਦਾ? ਉਹ ਸਿਰਵਲ ਦਾ। ਸਿਲਵਰ ਦਾ? ਹਾਂਜੀ। ਤੁਸੀਂ ਇਹਨਾਂ ਨੂੰ ਕਿਹੜੀ ਫੀਡ ਦਿੰਦੇ ਜੇ? ਮਤਲਬ ਸਿਰਵਲ ਨੂੰ ਤੁਸੀਂ ਕੋਈ ਵੀ ਨਾਰਮਲ ਫੀਡ ਦੇ ਸਕਦੇ ਹੋ। ਫਰਜ਼ ਕਰੋ ਤੁਸੀਂ ਕੋਈ ਵੀ ਨਹੀਂ ਪਾਉਂਦੇ ਤੇ ਫਿਰ ਵੀ ਇਹ ਜਿਹੜੀ ਕਿ 1 ਕਿਲੋ ਦੀ ਤਕਰੀਬਨ ਪਹੁੰਚ ਜਾਏਗੀ। ਕੋਈ ਨਾਰਮਲ ਫੀਡ ਪਾ ਲਓ, ਖਾਦ ਥੋੜ੍ਹੀ ਬਹੁਤੀ ਪਾ ਦਿਓ, ਕਲਰ ਪਾ ਦਿਓ। ਠੀਕ ਹੈ। ਆ ਜੇ ਅਗਰ ਹੋਰ ਕੋਈ ਫੀਡ ਪਾਉਂਦੇ ਹੋ ਤਾਂ ਬਿਹਤਰ, ਨਹੀਂ ਵੀ ਪਾਉਂਦੇ ਤਾਂ ਇਹਦੇ ਨਾਲ ਵੀ ਜਿਹੜਾ 1 ਕਿਲੋ ਤੀਕਰ ਚਲੀ ਜਾਂਦੀ। ਮੈਂ ਤੁਹਾਡੇ ਕੋਲ ਪਹਿਲੇ ਇਨਫੋਰਮੇਸ਼ਨ ਲੈ ਰਿਹਾ ਸੀ, ਤੁਸੀਂ ਦੱਸਿਆ ਕਿ ਅਸੀਂ ਇਹਨੂੰ ਦੇਸੀ ਫੀਡ ਪਾਉਣੇ ਆ। ਹਾਂਜੀ। ਦੇਸੀ ਫੀਡ ਦੇ ਵਿੱਚ ਕੀ ਫੀਡ ਹੁੰਦੀ? ਮੱਕੀ, ਮਕਈ ਉਹਨੂੰ ਪਿਸਵਾ ਕੇ? ਹਾਂਜੀ। ਔਰ ਦੂਸਰਾ ਰਾਈਸ ਮਿਲ ਦੀ ਪਾਲਿਸ਼। ਰਾਈਸ ਮਿਲ? ਨਾਜ਼ਰੀਨ, ਜਿਹੜੇ ਚਾਵਲ ਜਿੱਥੇ ਨਿਕਲਦੇ ਆ ਨਾ, ਚਾਵਲਾਂ ਦਾ ਭੁੱਸਾ ਮਿਲ ਜਾਂਦਾ, ਨਾ ਕਿ ਚਾਵਲਾਂ ਦੇ ਉਹ ਬਰੀਕ ਬਰੀਕ ਟੋਟੇ ਮਿਲ ਜਾਂਦੇ ਆ, ਉਹ ਲਿਆ ਕੇ ਤੇ ਇਹਨਾਂ ਦੇ ਅੱਗੇ ਡਾਲਦੇ ਆ। ਅੱਛਾ ਚਾਚਾ ਜੀ, ਇਹ ਦੱਸਿਆ ਜੇ ਕਿ ਜਦੋਂ ਤੀਸਰੇ ਮਹੀਨੇ ਤੁਸੀਂ ਇਹਦੀ ਫਾਰਮਿੰਗ ਸ਼ੁਰੂ ਕੀਤੀ ਜੀ, ਪਹਿਲੇ ਦਿਨ ਤੁਸੀਂ ਕਿੰਨੀ ਕੁ ਫੀਡ ਪਾਉਂਦੇ ਜੇ ਇਹਨਾਂ ਨੂੰ? ਇਹ ਤਕਰੀਬਨ 2-2.5 ਕਿਲੋ ਫੀ ਏਕੜ ਤੋਂ ਸ਼ੁਰੂ ਕਰੀ ਦੀ। ਠੀਕ ਹੈ। ਇੱਕ ਸਾਈਡ ਤੇ ਉਹਨੂੰ ਸੱਟ ਦਿੰਦੇ ਜੇ? ਹਾਂਜੀ। ਇਸ ਤਰ੍ਹਾਂ ਵੱਧਦੇ ਜਾ ਰਹੇ ਜੇ? ਜੀ ਜੀ ਜੀ। ਦੂਸਰੇ ਮਹੀਨੇ ਮੱਛਲੀ ਦੇ ਸਾਈਜ਼ ਦੇ ਮੁਤਾਬਕ ਫੀਡ ਵਧਾਈ ਜਾਏਗੀ। ਮਤਲਬ ਉਹ ਸ਼ੈਡਿਊਲ ਤੁਹਾਡੇ ਕੋਲ ਪਿਆ? ਜੀ ਜੀ। ਨਾਜ਼ਰੀਨ, ਸ਼ੈਡਿਊਲ ਵੀ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਇਨਸ਼ਾਅੱਲਾ ਤਾਲਾ। ਉਸ ਤੋਂ ਹਟ ਕੇ ਚਾਚਾ, ਇਹਨੂੰ ਤੁਸੀਂ ਸੇਲ ਕਿਸ ਤਰ੍ਹਾਂ ਤੇ ਕਿੱਥੇ ਕਰਦੇ ਜੇ? ਸੇਲ ਅਸੀਂ ਇਹਨੂੰ ਮੰਡੀ 'ਚ ਕਰਨੇ ਆ। ਠੀਕ ਹੈ। ਤੇ ਘੱਟ ਤੋਂ ਘੱਟ ਕੀ ਰੇਟ ਹੋਵੇ ਤੇ ਤੁਹਾਨੂੰ ਮਤਲਬ ਬਚਤ ਰਹਿ ਜਾਂਦੀ? ਘੱਟ ਤੋਂ ਘੱਟ 200-250 ਰੇਟ ਤੇ ਹੋਣਾ ਚਾਹੀਦਾ ਨਾ ਫੀ ਕਿਲੋ ਦੇ ਹਿਸਾਬ ਤੇ। ਠੀਕ ਹੈ। ਅੱਛਾ, ਇੱਕ ਹੋਰ ਗੱਲ ਕਿ ਜਿਵੇਂ ਤੁਸੀਂ ਦੱਸਿਆ ਕਹਿੰਦੇ ਪਾਣੀ ਛੱਡੀਦਾ, ਪਾਣੀ ਤੁਸੀਂ ਡੇਲੀ ਮੋਟਰ ਚਲਾਉਣੀ ਪੈਂਦੀ ਹੈ? ਜੀ, ਡੇਲੀ ਡੇਲੀ। 1 ਏਕੜ ਦੇ ਵਿੱਚ ਡੇਲੀ ਕਿੰਨੇ ਘੰਟੇ ਮੋਟਰ ਚਲਾਉਣੀ ਚਾਹੀਦੀ? ਦੇਖੋ ਜੀ, ਜਿਸ ਵਕਤ ਪਾਣੀ ਪੂਰਾ ਹੋ ਜਾਂਦਾ ਉਸ ਵਕਤ ਤੇ 1-2 ਘੰਟੇ ਚਲਾ ਦਿਓ। ਠੀਕ ਹੈ। ਜਦ ਤੱਕ ਪਾਣੀ ਨਹੀਂ ਪੂਰਾ ਹੁੰਦਾ ਉਸ ਵਕਤ ਭਾਵੇਂ 24 ਘੰਟੇ ਚਲਾਈ ਰੱਖੋ। ਠੀਕ ਹੈ। ਔਰ ਐਕਸਟਰਾ ਪਾਣੀ ਦਾ ਤੁਸੀਂ ਇਖਰਾਜ ਕਰਦੇ ਹੋ? ਹਾਂਜੀ ਬਿਲਕੁਲ, ਐਕਸਟਰਾ ਪਾਣੀ ਨਿਕਾਸੀ ਕੀਤੀ ਹੈ। ਠੀਕ ਹੈ। ਅੱਛਾ, ਤੇ ਜਿਹੜਾ ਤੁਸੀਂ ਬੱਚਾ ਸੇਲ ਕਰਦੇ ਜੇ, ਅਗਰ ਕੋਈ ਬੰਦਾ ਤੁਹਾਡੇ ਕੋਲੋਂ ਰਹੂ, ਸ਼ਿੰਗਾਰੀ, ਕੈਟ ਫਿਸ਼, ਕਿਉਂਕਿ ਤੁਸੀਂ ਦੱਸਦੇ ਜੇ ਕਿ ਇਹ ਜਿਹੜਾ ਪਿਛਲਾ ਫਾਰਮ ਹੈ ਇਹਦੇ ਵਿੱਚ ਅਸੀਂ ਬੱਚਾ ਛੱਡਦੇ ਹਾਂ, ਤੇ ਅਗਰ ਕੋਈ ਬੰਦਾ ਤੁਹਾਡੇ ਕੋਲੋਂ ਖਰੀਦਣਾ ਚਾਹੇ ਤੇ ਉਹ ਇੱਥੇ ਫਾਰਮ ਤੇ ਆ ਕੇ ਤੁਹਾਡੇ ਕੋਲੋਂ ਖਰੀਦ ਸਕਦਾ?
खरीद सकता है। जी चाचा जी, मंजूर दस रहे ने कि अगर कोई बंदा दूर से है, सरगोधा से है, सिंध से है, बलूचिस्तान से है, किसी भी दूर इलाके से है, वो फ़ोन पे हमसे इंफॉर्मेशन ले और बच्चे के मतलब पूरी डिस्कशन करे, उसके बाद रेट तय करे। रेट तय करने के बाद आप चूनिया आए, जो चूनिया सिटी है ये ज़िला कसूर की मेन तहसील है, लाहौर से तकरीबन ये 70-75 किलोमीटर के फासले पर है। उसके अलावा उकाड़ा भी तकरीबन इतने ही सफ़र पे है, तो इनसे हर तरह का जो बच्चा है वो मिल जाता है, मुनासिब कीमत पर ये आपको देंगे। और मार्च के महीने में ये बच्चा सेल करते हैं, मार्च के महीने। उसके अलावा 10वें और 11वें महीने में इनके मार्च पास और अप्रैल, मार्च और अप्रैल के अंदर ये बच्चा सेल करते हैं। उसके बाद 10वें और 11वें महीने के अंदर, ऐसे ही है, हाँ जी, 10वें और 11वें महीने में इनके पास मछली जो तैयार हो जाती है और निकालनी शुरू कर दी जाती है और ये सेल करना शुरू कर देते हैं। इसके अलावा फ़िश फार्मिंग के मतलब आप कोई भी मालूमात लेना चाहें तो स्क्रीन के ऊपर इनके भाई का नंबर शो हो रहा है, क्योंकि वो बहुत ज़्यादा हैंडल करते हैं इसको, तो वो आपको मुकम्मल गाइड करेंगे। उसके अलावा अगर आपके जहन में कोई सवाल है तो कमेंट सेक्शन में आप हमसे पूछ लें, हम आपको मुकम्मल गाइड करेंगे। उम्मीद करते हैं नाज़रीन आपको हमारी आज की वीडियो अच्छी लगी होगी। अगर वीडियो अच्छी लगे तो वीडियो को आपने लाइक कर देना है, चैनल को सब्सक्राइब कर लेना है, ताकि हर नई आने वाली वीडियो आप तक पहुंच सके। जी मिलते हैं नेक्स्ट वीडियो में, तब तक के लिए अल्लाह हाफिज़।